ਅਮਰੀਕਾ ਦਾ ਨਿਊਜ਼ਪੇਪਰ ਦਾ ਵਾਸ਼ਿੰਗਟਨ ਪੋਸਟ ਉਹ ਕਹਿ ਰਿਹਾ ਕਿ ਵਟ ਅਮਰੀਕਾ ਕੈਨ ਲਰਨ ਫਰਮ ਦਿੱਲੀ ਸਮਾਲ ਐਸ ਕਲੀਨਿੰਗ ਦੁਨੀਆ ਦਾ ਸਭ ਤੋਂ ਪਾਵਰਫੁਲ ਕੰਟਰੀ ਐਸੇ ਮਾਨਾ ਜਾਤਾ ਕਿ ਇਨਸੇ ਉਪਰ ਇਸ ਕੰਟਰੀ ਕੇ ਸਿਸਟਮ ਸੇ ਉਪਰ ਕੁਛ ਨਹੀਂ ਵੋ ਬੋਲ ਰਹੇ ਅਮਰੀਕਾ ਕਾ ਫੇਲਡ ਸਿਸਟਮ ਦਿੱਲੀ ਕੇ ਮਹੱਲਾ ਫ੍ਰੀ ਮਹੱਲਾ ਕਲੀਨਿਕ ਸੇ ਕਿਆ ਸਿੱਖ ਸਕਤਾ ਕਿਆ ਇਹ ਪ੍ਰਾਪਤੀ ਨਹੀਂ ਹੈ ਆਜ ਤੱਕ ਕਿਸ ਦੁਨੀਆ ਕੇ ਐਸੇ ਪਾਪੂਲਰ ਨਿਊਜ਼ ਪੇਪਰ ਨੇ ਹਮਾਰੇ ਇੰਡੀਆ ਕੇ ਕਿਸ ਕੋਨੇ ਕੇ ਲੀਏ ਬੋਲਾ ਹੈ ਕਿ ਇਹ ਚੀਜ਼ ਹੋ ਜਾਏ ਅਮਰੀਕਾ ਕੇ ਪ੍ਰੈਜੀਡੈਂਟ ਕੀ ਧਰਮ ਪਤਨੀ ਦ ਫਸਟ ਲੇਡੀ ਵੋ ਇੰਡੀਆ ਆ ਰਹੀ ਹੈ ਉਸਨੇ ਬੋਲਾ ਮੈਨੇ ਇੰਡੀਆ ਆ ਕੇ ਸਕੂਲ ਦੇਖ ਲਿਆ ਤੋ ਹਮਾਰੇ ਦੇਸ਼ ਕੇ ਪ੍ਰਾਈਮ ਮਿਨਿਸਟਰ ਕੋ ਇੱਕ ਸਕੂਲ ਦਿਖਾਇਆ ਵੋ ਸਕੂਲ ਕਿਸਕਾ ਥਾ ਕੇਜਰੀਵਾਲ ਕਾ ਵੋ ਕੇਜਰੀਵਾਲ ਕਾ ਸਕੂਲ ਥਾ ਤੋ ਯੇ ਹਮਾਰੀ ਪ੍ਰਾਪਤੀ ਹੈ ਮਹੱਲਾ ਕਲੀਨਿਕ ਕੀ ਅਮਰੀਕਾ ਮੇ ਬਾਤ ਹੋ ਰਹੀ ਹੈ ਹਮਾਰੀ ਹੈਪੀਨੈਸ ਕਲਾਸਿਸ ਕੀ ਕੈਰੀਕੁਲਮ ਕੀ ਅਮਰੀਕਾ ਮੇ ਬਾਤ ਹੋ ਰਹੀ ਹੈ ਜਬ ਹਮਾਰਾ ਫੌਜੀ ਸ਼ਹੀਦ ਹੋਤਾ ਹੈ 1 ਕਰੋੜ ਰੁਪਿਆ ਦੇਤਾ ਹੈ ਦੁਨੀਆ ਕਾ ਕੋਈ ਵੀ ਕੰਟਰੀ ਇਸੇ ਬੜੀ ਰਾਸ਼ੀ ਨਹੀਂ ਦਿੱਤਾ ਅਮਰੀਕਾ 1 ਲੱਖ ਡਾਲਰ ਦਿੱਤਾ ਕਿਤਨੇ ਬਣ ਕੇ 75 ਲੱਖ ਸਿਰਫ ਕੇਜਰੀਵਾਲ ਸਰਕਾਰ ਹੈ ਜੋ 1 ਕਰੋੜ ਇੱਕ ਫੌਜੀ ਕੇ ਸ਼ਹੀਦ ਹੋਣੇ ਪੇ ਦੇ ਰਹੇ ਅਗਰ ਕੋਈ ਸਰਕਾਰ ਦੇਤੀ ਹੈ ਕੋਈ ਸਟੇਟ ਦੇਤੀ ਹੈ ਦੁਨੀਆ ਕੀ ਕੰਟਰੀ ਦੇਤੀ ਹੈ ਇਤਨਾ ਸਨਮਾਨ ਦੇਤੀ ਹੈ ਤੋ ਹਮੇ ਬਤਾਇਆ ਜਾਏ ਯੇ ਕੇਜਰੀਵਾਲ ਕਾ ਸਟਾਈਲ ਹੈ ਕਾਮ ਕਰਨੇ ਕਾ ਜਿਸਨੇ ਸੀਸੀਟੀਵੀ ਕੈਮਰੇ ਲਗਾ ਲਈਏ ਪੈਨਿਕ ਬਟਨ ਲਗਾ ਦੀਏ GPS ਲਗਾ ਕੇ ਬਸੋਂ ਮੇ ਲੇਡੀਜ਼ ਕੀ ਸੁਰੱਖਿਆ ਕੇ ਲੀਏ ਜਿਸਨੇ ਸੀਸੀਟੀਵੀ ਕੈਮਰੇ ਆਬਾਦੀ ਕੇ ਹਿਸਾਬ ਸੇ ਦੁਨੀਆ ਮੇ ਸਭ ਸੇ ਜ਼ਿਆਦਾ ਦਿੱਲੀ ਮੇ ਵਹਾਂ ਪੇ ਮਾਰਸ਼ਲਸ ਅਪੁਆਇੰਟ ਕਰ ਦੇ ਕਿ ਲੇਡੀ ਸੁਰੱਖਿਅਤ ਲੇਡੀ ਕਾ ਬਸ ਸਫ਼ਰ ਫ੍ਰੀ ਹੈ ਤਾਂ ਕਿ ਲੇਡੀ ਕੋ ਬਾਹਰ ਆਨੇ ਜਾਣੇ ਲਗੇ ਕੋਈ ਪ੍ਰੋਬਲਮ ਨਾ ਕਿਆ ਨਹੀਂ ਕੀ ਹੈ ਉਹਨਾਂ ਨੇ ਐਸੇ ਥੋੜੀ ਕੇਜਰੀਵਾਲ ਕੇਜਰੀਵਾਲ ਹੋ ਰਹੀ ਹੈ ਉਨਕੀ ਇਮਾਨਦਾਰੀ ਬੋਲ ਰਹੀ ਹੈ।